ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ 'ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਡਾਕਟਰ ਸਾਹਿਬ ਜੀ, ਬਹੁਤ ਸਵਾਗਤ ਹੈ ਆਪ ਜੀ ਦਾ ਸਟੂਡੀਓ ਵਿੱਚ ਆਉਣ ਦੇ ਲਈ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਜੀ, ਅਸੀਂ ਸਭ ਤੋਂ ਪਹਿਲਾਂ ਮੀ ਟੂ ਮੁਹਿੰਮ ਦੀ ਗੱਲ ਕਰ ਲਈਏ ਤਾਂ ਉਹ ਜਾਰੀ ਹੈ ਮੁਹਿੰਮ ਐਮ ਜੇ ਅਕਬਰ ਦੇ ਖਿਲਾਫ਼, ਜੋ ਮਹਿਲਾ ਪੱਤਰਕਾਰਾਂ ਦੀ ਐਸੋਸੀਏਸ਼ਨ ਇੰਡੀਅਨ ਵੁਮੈਨ ਕੋਪਸ ਵੱਲੋਂ ਰਾਸ਼ਟਰਪਤੀ ਨੂੰ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਮੁਅੱਤਲ ਕੀਤਾ ਜਾਵੇ। ਦੂਸਰੇ ਪਾਸੇ ਐਨ ਐਸ ਯੂ ਆਈ ਦੇ ਪ੍ਰਧਾਨ ਫਿਰੋਜ਼ ਖਾਨ ਨੂੰ ਵੀ ਅਹੁਦਾ ਛੱਡਣਾ ਪਿਆ। ਨੰਦਿਤਾ ਦਾਸ ਦੇ ਪਿਤਾ, ਉਹਨਾਂ ਦੇ 'ਤੇ ਵੀ ਕਿਸੇ ਔਰਤ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਦਾ ਵੀ ਸ਼ੋਸ਼ਣ ਕੀਤਾ। ਜੀ ਮਨਦੀਪ, ਜਿਹੜੀ ਮੀ ਟੂ ਕੰਪੇਨ ਹੈ ਜੀ, ਭਾਵੇਂ ਇੰਡੀਆ 'ਚ ਲੇਟ ਸ਼ੁਰੂ ਹੋਈ ਜੀ, ਜੀ ਪਰ ਹੁਣ ਇਹ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਨਾ ਸਿਰਫ ਫੈਲ ਰਹੀ ਹੈ ਪਰ ਇਸਦੇ ਪ੍ਰਭਾਵ ਵੀ ਦੇਖਣੇ ਸ਼ੁਰੂ ਹੋ ਗਏ। ਜਿਵੇਂ ਤੁਸੀਂ ਦੱਸਿਆ ਕਿ ਫਿਰੋਜ਼ ਖਾਂ ਜਿਹੜਾ ਹੈ ਐਨ ਐਸ ਯੂ, ਜਿਹੜੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ, ਕਾਂਗਰਸ ਦਾ ਜਿਹੜਾ ਵਿੰਗ ਹੈ ਸਟੂਡੈਂਟਸ ਦਾ, ਉਹਦੇ ਪ੍ਰਧਾਨ ਹੈ ਅਤੇ ਜੰਮੂ ਕਸ਼ਮੀਰ ਦੀ ਇੱਕ ਲੜਕੀ ਨੇ ਦੋਸ਼ ਲਾਏ। ਅਸ਼ੋਕ ਗਹਿਲੋਟ ਜਿਹੜਾ ਇਹਨਾਂ ਦਾ ਜਨਰਲ ਸੈਕਟਰੀ ਹੈ, ਉਹਨੇ ਆਪਣੇ ਲੈਵਲ 'ਤੇ ਇਨਕੁਆਇਰੀ ਕੀਤੀ ਅਤੇ ਉਸਨੇ ਰਿਜ਼ਾਈਨ ਕਰਤਾ ਔਰ ਰਾਹੁਲ ਗਾਂਧੀ ਨੇ ਰਿਜ਼ਾਈਨ ਮੰਨ ਵੀ ਲਿਆ। ਹੁਣ ਸਿੱਧਾ ਇਹਦਾ ਤਾਲੁਕ ਜਿਹੜਾ ਹੈ ਨਾ, ਕਾਂਗਰਸ ਦੀ ਇਸ ਗੇਮ ਦਾ ਤਾਲੁਕ ਐਮ ਜੇ ਅਕਬਰ ਨਾਲ ਹੈ ਜੀ। ਐਮ ਜੇ ਅਕਬਰ 'ਤੇ ਇਲਜ਼ਾਮ ਲੱਗੇ, ਇੱਕ ਨਹੀਂ ਦੋ ਨਹੀਂ ਪੂਰੇ 13 ਕੁੜੀਆਂ ਨੇ ਲਾਏ ਨੇ ਜੀ, 13 ਪੱਤਰਕਾਰਾਂ, ਉਹਨਾਂ ਜ਼ਿਆਦਾ ਪੱਤਰਕਾਰ ਨੇ ਕਿਉਂਕਿ ਉਹ ਪੱਤਰਕਾਰ ਹੈ ਬੇਸਿਕਲੀ ਜੀ। ਹੁਣ ਇੱਕ ਤਾਂ ਉਹਨੇ ਮਾਨਹਾਨੀ ਦਾ ਕੇਸ ਕੀਤਾ ਰਮਾਨਾ, ਪ੍ਰਿਆ ਰਮਾਨੀ 'ਤੇ ਜੀ। ਹੁਣ ਪ੍ਰਿਆ ਰਮਾਨੀ ਦੇ ਹੱਕ 'ਚ ਸਾਰੀਆਂ ਜਿਹੜੀਆਂ ਮਹਿਲਾ ਪੱਤਰਕਾਰਾਂ ਆ ਗਈਆਂ, ਬਿਲਕੁਲ। ਦੂਜੇ ਪਾਸੇ ਇੱਕ ਨੈਤਿਕ ਜਿਹੜਾ ਹੈ ਉਹ ਉਹਨਾਂ ਨੂੰ ਝਟਕਾ ਮਾਰਿਆ ਕਾਂਗਰਸ ਨੇ, ਔਰ ਮਨੀਸ਼ ਤਿਵਾੜੀ ਦਾ ਸਟੇਟਮੈਂਟ ਹੈ ਕਿ ਵੀ ਜੇ ਅਸੀਂ ਕੱਢ ਸਕਦੇ ਹਾਂ, ਸਾਡੇ ਤਾਂ ਕੋਈ ਮੁੰਡੇ ਦੇ ਇੱਕ ਦਿਨ ਲਾਇਆ ਸੀ ਜੀ ਜੀ, ਇਹ ਤਾਂ ਇੰਡੀਆ ਲਾ ਰਹੀਆਂ ਨੇ, ਇਹਨੂੰ ਛੱਡਣਾ ਚਾਹੀਦਾ ਬਿਲਕੁਲ। ਭਾਰਤੀ ਜਨਤਾ ਪਾਰਟੀ ਬੰਦਿਆਂ ਨੂੰ ਬਚਾ ਰਹੀ ਹੈ ਜਿਹਨਾਂ ਦਾ ਕਰੈਕਟਰ ਠੀਕ ਨਹੀਂ ਜੀ। ਸੋ ਇਹ ਜਿਹੜਾ ਇਸ ਕਿਸਮ ਦਾ ਮੀ ਟੂ ਨੂੰ ਨਾ ਹੋਣ, ਹੋਰ ਕਈ ਨਜ਼ਰੀਆਂ ਤੋਂ ਦੇਖਣਾ ਪਏਗਾ ਸਾਨੂੰ ਜੀ ਜੀ। ਔਰ ਤੀਸਰੀ ਜਿਹੜੀ ਤੁਸੀਂ ਕਿਹਾ ਉਹ ਕੰਪੇਨ ਚੱਲ ਹੀ ਰਹੀ ਹੈ, ਇਹ ਜਿਹੜਾ ਨਾ ਨੰਦਿਤਾ ਦਾਸ ਹੈ ਉਹਦੇ ਫਾਦਰ ਪੇਂਟਰ ਹੈ ਜੀ, ਪੇਂਟਰ ਜਤਨ ਦਾਸ 'ਤੇ 14 ਸਾਲ ਕੋਈ ਪੁਰਾਣਾ ਕੇਸ ਕੱਢ ਕੇ ਇਹ ਕੁੜੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੈਂ ਬਹੁਤ ਦੁਖੀ ਹਾਂ ਇਹਨੇ ਮੇਰੇ ਨਾਲ ਜਿਹੜਾ ਹੈ ਇਸ ਤਰ੍ਹਾਂ ਕੀਤਾ। ਸੋ ਇਹ ਮੀ ਟੂ ਕੰਪੇਨ ਬਾਲੀਵੁੱਡ 'ਚ ਵੀ ਪੋਲੀਵੁੱਡ 'ਚ ਵੀ ਹੁਣ ਇਹ ਵੱਧਦੀ ਜਾ ਰਹੀ ਹੈ ਔਰ ਇਹਦਾ ਸਿੱਧਾ ਅਸਰ ਹੁਣ ਪੰਜਾਬ ਦੀ, ਹਿੰਦੁਸਤਾਨ ਦੀ ਰਾਜਨੀਤੀ 'ਤੇ। ਨਾਲ ਇੱਕ ਹੋਰ ਵੀ ਗੱਲ ਕਿ ਜਿਹੜਾ ਮੇਨਕਾ ਗਾਂਧੀ ਨੇ ਕਿਹਾ ਸੀ ਵੀ ਕਿ ਜੱਜਾਂ ਦਾ ਪੈਨਲ ਬਣਾਵਾਂਗੇ, ਬਿਲਕੁਲ ਜੀ, ਉਹ 'ਚ ਉਹਨੇ ਗੱਲ ਕਲੀਅਰ ਵੀ ਕਰਤੀ ਕਿ ਇਹ ਜੱਜਾਂ ਦਾ ਪੈਨਲ ਇੰਡੀਵਿਜੁਅਲ ਕੇਸ ਨਹੀਂ ਸੁਣੂਗਾ ਜੀ, ਇਹ ਇੰਸਟੀਟਿਊਸ਼ਨ ਨੂੰ ਦੇਖੂਗਾ ਜੀ, ਮਤਲਬ ਕਿਹੜੇ ਅਦਾਰੇ 'ਚ ਕੀ ਹੋ ਰਿਹਾ, ਕਿਵੇਂ ਰੋਕਿਆ ਜਾ ਸਕਦਾ। ਬਿਲਕੁਲ, ਸਪੋਜ਼ ਕਿ ਫਿਲਮ ਲਾਈਨ 'ਚ, ਸਪੋਜ਼ ਕਿ ਪੱਤਰਕਾਰੀ ਦੇ ਵਿੱਚ ਜੀ, ਲੇਕਿਨ ਜੇ ਕਹੋ ਕਿ ਉਹ ਜੱਜਾਂ ਦਾ ਪੈਨਲ ਐਮ ਜੇ ਅਕਬਰ ਦੇ ਖਿਲਾਫ਼ ਕੋਈ ਕੇਸ ਸੁਣੂ, ਉਸ ਤਰ੍ਹਾਂ ਦਾ ਨਹੀਂ ਹੋਏਗਾ। ਸੋ ਹਲੇ ਗੱਲ ਕਿਤੇ ਵੀ ਕਲੀਅਰ ਨਹੀਂ ਵੀ ਕਿਵੇਂ ਹੋਣੀ ਹੈ, ਲੇਕਿਨ ਜਿਸ ਤਰੀਕੇ ਨਾਲ ਇਹ ਚੱਲ ਰਹੀ ਹੈ, ਸੱਚ ਮੁੱਚੀ ਐਮ ਜੇ ਅਕਬਰ ਦੀਆਂ ਮੁਸ਼ਕਲਾਂ ਤਾਂ ਹੁਣ ਵੱਧ ਗਈਆਂ ਜਾਂ ਭਾਰਤੀ ਜਨਤਾ ਪਾਰਟੀ ਦੀਆਂ ਮੁਸ਼ਕਲਾਂ ਵੱਧ ਗਈਆਂ, ਕਿਉਂਕਿ ਜੇ ਫਿਰੋਜ਼ ਖਾਨ ਨੇ ਜਿਵੇਂ ਰਿਜ਼ਾਈਨ ਕੀਤਾ ਤਾਂ ਉਹ ਵੀ ਮੰਗ ਕਰਨਗੇ, ਜਿਵੇਂ ਔਰਤਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਇਹਨੂੰ ਮੁਅੱਤਲ ਕਰੋ। ਤੋ ਇਲੈਕਸ਼ਨ ਦਾ ਟਾਈਮ ਆ ਰਿਹਾ, ਮੀ ਟੂ ਜਿਹੜੀ ਹੈ ਜ਼ਿਆਦਾ ਹੁਣ ਅਸਰ ਪਾਏਗੀ ਜੀ। ਡਾਕਟਰ ਸਾਹਿਬ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗਵਾਲੀਅਰ ਦੇ ਗੁਰਦੁਆਰਾ ਦਾਤਾਬੰਦੀ ਛੋੜ ਵਿਖੇ ਨਤਮਸਤਕ ਹੋਏ, ਉੱਥੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਦੇਖੋ ਜੀ, ਦੇਸ਼ ਦੇ ਵਿੱਚ ਰਾਜਨੀਤੀ ਸਿਆਸਤ ਜਿਹੜੀ ਹੈ ਉਹ ਧਰਮ ਦੇ ਨਾਲ ਹੀ ਚੱਲਦੀ ਹੈ ਸਾਡੇ ਦੇਸ਼ ਦੇ। ਬਿਲਕੁਲ, ਕਈ ਪਾਰਟੀਆਂ ਤਾਂ ਹੈ ਹੀ ਧਰਮ ਦੇ ਨਾਂ ਤੇ ਬਣੀਆਂ ਹੋਈਆਂ ਨੇ, ਨਾਂ ਤੇ ਨੇ, ਧਾਰਮਿਕ ਨਹੀਂ ਹੈ। ਇੱਕ ਗੱਲ ਹੈ, ਅਸੀਂ ਲੋਕ ਧਰਮ ਨੂੰ ਨਹੀਂ ਮੰਨਦੇ, ਧਰਮ ਦੇ ਨਾਂ ਨੂੰ ਮੰਨਦੇ ਹਾਂ। ਜਿੰਨੇ ਵੀ ਧਾਰਮਿਕ ਪਾਰਟੀਆਂ ਨੇ ਉਹ ਵੀ ਕਿੰਨੇ ਕੁ ਸਿਆਣੇ ਨੇ, ਜਿਹੜੇ ਲੋਕ ਪੰਜਾਬ ਦੇ ਵਿੱਚ ਹੀ ਦੇਖ ਲਓ ਧਰਮ ਦੇ ਨਾਂ 'ਤੇ ਪਾਰਟੀ ਚਲਾਉਂਦੇ ਨੇ, ਉਹ ਕਿੰਨੇ ਕੁ ਸਾਫ਼ ਸੁਥਰੇ ਅਤੇ ਇਮਾਨਦਾਰ ਨੇ, ਇਹ ਦੱਸਣ ਦੀ ਲੋੜ ਨਹੀਂ ਸਾਨੂੰ। ਉਸੇ ਤਰੀਕੇ ਨਾਲ ਕਾਂਗਰਸ ਜਿਹੜੀ ਨਿਰਪੱਖ ਪਾਰਟੀ ਸੀ, ਉਹਦੇ ਲੀਡਰ ਨੂੰ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਹਿੰਦੂਤਵ ਦੇ ਨਾਂ 'ਤੇ ਵੋਟਾਂ ਲੈ ਰਹੀ ਹੈ, ਰਾਮ ਮੰਦਰ ਦੇ ਨਾਂ 'ਤੇ, ਜਿਹੜੀਆਂ ਕਿਸੇ ਟਾਈਮ 2 ਸੀਟਾਂ ਹੁੰਦੀਆਂ ਸੀ, ਹੁਣ ਇਸ ਤਰ੍ਹਾਂ ਦੀ ਮੈਜੋਰਟੀ ਲੈ ਗਈ ਧਰਮ ਦੇ ਨਾਂ 'ਤੇ। ਤਾਂ ਉਹਨਾਂ ਨੇ ਫਿਰ ਜਿਹੜਾ ਇਹ ਕੀਤਾ ਵੀ ਜਿੱਥੇ ਵੀ ਜਾਂਦੇ ਨੇ ਉਹ ਇਹ ਸ਼ੋਅ ਕਰਦੇ ਨੇ ਕਿ ਅਸੀਂ ਧਰਮ ਨਿਰਪੱਖ, ਹਰ ਇੱਕ ਧਰਮ ਦੀ ਇੱਜ਼ਤ ਕਰਦੇ ਹਾਂ। ਉਹ ਦਰਗਾਹ 'ਤੇ ਵੀ ਜਾ ਰਹੇ ਨੇ ਔਰ ਉਹ ਮੰਦਰ 'ਚ ਵੀ, ਗੁਰਦੁਆਰੇ ਵੀ,
ਕੱਲ ਉਹ ਮੱਧ ਪ੍ਰਦੇਸ਼, ਕਿਉਂਕਿ ਮੱਧ ਪ੍ਰਦੇਸ਼ ਇਲੈਕਸ਼ਨ ਸਾਹਮਣੇ ਆ ਜੀ ਜੀ, ਤੇ ਉੱਥੇ ਇਤਿਹਾਸਕ ਗੁਰਦੁਆਰਾ ਜਿਹੜਾ ਗਵਾਲੀਅਰ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸੰਬੰਧਿਤ ਹੈ, ਜਿਹਨੂੰ ਬੰਦੀ ਛੋੜ ਕਹਿੰਦੇ, ਜਿਹਦੇ ਚ 52 ਰਾਜਿਆਂ ਨੂੰ ਗੁਰੂ ਨੇ ਕੈਦ ਤੋਂ ਛੁਡਾਇਆ ਸੀ, ਉਸ ਗੁਰਦੁਆਰੇ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਗਿਆ, ਉੱਥੇ ਉਹਨੂੰ ਜਿਹੜਾ ਹੈ ਸਰੋਪਾ ਦਿੱਤੇ ਗਏ। ਇਹ ਜਿਹੜਾ ਕੁਛ ਹੋ ਰਿਹਾ ਹੈ ਸਾਡੀ ਸਿਆਸਤ, ਜਿਹੜੀ ਮੈਂ ਜਿਵੇਂ ਸ਼ੁਰੂ 'ਚ ਕਿਹਾ, ਧਰਮ ਦੇ ਨੂੰ ਵਰਤਣ ਲਈ ਸਾਡੀ ਸਿਆਸਤ ਸਭ ਤੋਂ ਅੱਗੇ ਦੁਨੀਆਂ 'ਚ ਉਹ ਵਰਤਿਆ ਜਾ ਰਿਹਾ ਜੀ। ਡਾਕਟਰ ਸਾਹਿਬ, ਹੁਣ ਜੇ ਬਾਦਲਾਂ ਦੀ ਸੁਰੱਖਿਆ ਦੀ ਗੱਲ ਕਰ ਲਈਏ, ਪੰਜਾਬ ਵੱਲ ਆਈਏ, ਤਾਂ ਇਸ ਮਸਲੇ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਦਾ ਇੱਕ ਵਫਦ ਰਾਜਪਾਲ ਨੂੰ ਮਿਲਿਆ ਜੀ। ਦੇਖੋ, ਬਾਦਲਾਂ ਦੀ ਪੋਜੀਸ਼ਨ ਤਾਂ ਹੋ ਗਈ ਬਹੁਤ ਖਰਾਬ ਜੀ, ਇਹ 'ਚ ਤਾਂ ਕੋਈ ਹੁਣ ਸ਼ੱਕ ਨਹੀਂ। ਇਹੀ ਕਾਰਨ ਹੈ ਕਿ ਬੰਦੇ ਛੱਡਦੇ ਜਾ ਰਹੇ ਨੇ, ਉਹ ਛੱਡ ਤਾਂ ਰਹੇ ਨੇ, ਮਤਲਬ ਸਪੋਜ਼ ਸੁਖਦੇਵ ਸਿੰਘ ਢੀਂਡਸਾ ਦੇ ਮਨ 'ਚ ਵੀ ਗਲਤੀਆਂ ਇਹਨਾਂ ਨੇ ਕੀਤੀਆਂ, ਸਾਨੂੰ ਪੁੱਛ ਕੇ ਕੀਤੀਆਂ ਜੀ ਜੀ, ਇਹਨਾਂ ਕੋਲ ਜਿਹੜੀ ਸਿਕਿਉਰਿਟੀ ਹੈ, ਅਸੀਂ ਤਾਂ ਲੋਕਾਂ 'ਚ ਨੰਗੇ ਪੈਰ ਜਾਣਾ ਜੀ, ਵੀ ਸਾਡਾ ਜੇ ਲੋਕ ਵਿਰੋਧ ਕਰਨਗੇ। ਹੁਣ ਦੇਖਿਆ ਹੀ ਹੈ ਜਿੱਥੇ ਨਿੱਕਾ ਘੁੰਮਣ ਦੇ ਵਿੱਚ ਸੰਤ ਹਜ਼ਾਰਾ ਸਿੰਘ ਦੀ ਬਰਸੀ ਦੇ ਸਮਾਗਮ 'ਚ ਮਜੀਠੀਆ ਔਰ ਸੁਖਬੀਰ ਬਾਦਲ ਨੂੰ ਬੋਲਣ ਵੀ ਨਹੀਂ ਦਿੱਤਾ ਗਿਆ ਅਤੇ ਵਿਰੋਧ ਵੀ ਹੋਇਆ ਜੀ। ਇਸ ਕਿਸਮ ਦਾ ਵਿਰੋਧ ਬੇਅਦਬੀ ਤੋਂ ਬਾਅਦ ਬਹੁਤ ਤੇਜ਼ੀ ਨਾਲ ਵੱਧ ਰਿਹਾ ਜੀ। ਲੇਕਿਨ ਇੱਕ ਖਬਰ ਜਿਹੜੀ ਆਈ, ਜਿਹੜੇ ਬੰਦੇ ਫੜੇ ਗਏ ਯੂਪੀ ਦੇ ਸ਼ਾਮਲੀ ਦੇ ਵਿੱਚ, ਉਹਨਾਂ 'ਤੇ ਹਥਿਆਰ ਫੜੇ ਗਏ, ਉਹ ਮੰਨੇ ਕਿ ਅਸੀਂ 7 ਤਰੀਕ ਨੂੰ ਪਟਿਆਲੇ ਦੇ ਵਿੱਚ ਵੱਡੇ ਬਾਦਲ 'ਤੇ ਅਟੈਕ ਕਰਨਾ ਸੀ ਔਰ ਰੈਲੀ ਦੇ ਵਿੱਚ ਗੜਬੜ ਕਰਨੀ ਸੀ, ਅਸੀਂ ਕਾਫੀ ਹਥਿਆਰ ਇਕੱਠੇ ਕਰ ਲਏ, ਕੁਛ ਹਥਿਆਰ ਤਾਂ ਉਹਨਾਂ ਤੋਂ ਬਰਾਮਦ ਹੋ ਗਏ, ਕੁਛ ਹਥਿਆਰ ਉਹਨਾਂ ਨੇ ਕਿਹਾ ਕਿ ਰੋਪੜ ਦੇ ਲਾਗੇ ਅਸੀਂ ਰੱਖੇ ਹੋਏ ਨੇ ਕਿਸੇ ਗੁਰੂ ਘਰ 'ਚ, ਇਹ ਹਥਿਆਰ ਵੀ ਗੁਰੂ ਘਰ 'ਚ ਬਰਾਮਦ ਹੋ ਰਹੇ, ਉਹਨਾਂ 'ਚ ਇੱਕ ਗ੍ਰੰਥੀ ਸਿੰਘ ਵੀ ਹੈ ਅਤੇ ਉਹਦੇ ਲਈ ਕੱਲ੍ਹ ਛਾਪੇ ਵੀ ਮਾਰੇ ਗਏ ਥਾਂ ਥਾਂ 'ਤੇ। ਅਤੇ ਦੂਜੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਇੱਕ ਵਫਦ ਲੈ ਕੇ ਮਿਲਿਆ ਜਿਹੜਾ ਰਾਜਪਾਲ ਨੂੰ, ਕਹਿਣਾ ਇਹ ਚਾਹੁੰਦਾ, ਰਜਿਸਟਰ ਇਹ ਕਰਾਉਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਹਾਲਾਤ ਖਰਾਬ ਕਰ ਰਹੇ ਨੇ, ਗਰਮ ਦਲੀਆਂ ਨੂੰ, ਖਾਲਸਤਾਨੀਆਂ ਨੂੰ ਸ਼ਹਿ ਦੇ ਰਹੇ ਨੇ, ਅਸੀਂ ਹੀ ਹਾਂ ਵੱਡੇ। ਉਹਨਾਂ ਦਾ ਸਪਸ਼ਟ ਕਿਹਾ ਕਿ ਇਕੱਲਾ ਵੱਡਾ ਬਾਦਲ ਹੈ, ਜਿਹੜੇ ਵੱਡੇ ਬਾਦਲ ਸਾਹਿਬ ਜਾਂ ਬਾਦਲ ਪਰਿਵਾਰ ਉਹਨਾਂ ਦੀ ਸਟੇਟਮੈਂਟ ਸੀ, ਉਹੀ ਭਾਈਚਾਰਕ ਏਕਤਾ ਨੂੰ ਰੱਖ ਸਕਦੇ ਨੇ, ਅਦਰ ਹਾਂ ਅਦਰਵਾਈਜ਼ ਨਹੀਂ ਰੱਖ ਸਕਦੇ, ਉਹ ਇਹ ਕਹਿਣਾ ਚਾਹੁੰਦੇ ਨੇ। ਔਰ ਇਹਦੇ ਲਈ ਉੱਥੇ ਗਏ, ਰਾਜਪਾਲ ਨੂੰ ਮਿਲੇ, ਚਲੋ ਇੱਕ ਸੰਬੋਲਿਕ ਹੁੰਦਾ। ਦੂਜੇ ਪਾਸੇ ਅਗਲੀ ਜਿਹੜੀ ਖਬਰ, ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦਾ ਇਹਨਾਂ ਦੀ ਪੂਰੀ ਸੁਰੱਖਿਆ ਹੋਰ ਵਧਾ ਦਾਂਗੇ ਜੇ ਚਾਹੀਦੀ ਹੈ, ਕੈਪਟਨ ਸਾਹਿਬ ਨੇ ਇਹ ਗੱਲ ਕਹਿਤੀ। ਅਤੇ ਜਿਹੜੇ ਤੰਜ ਕੱਸ ਰਹੇ ਹੈ ਸਭ ਤੋਂ ਕਾਂਗਰਸ ਦਾ ਪ੍ਰਧਾਨ ਉਹ ਹੈਗਾ ਬਲਰਾਮ ਜਾਖੜ, ਉਹ ਕਹਿੰਦਾ ਦੇਖੋ ਜੀ ਇਹਨਾਂ ਨੂੰ ਤਾਂ ਹੁਣ ਨਜ਼ਰਬੰਦ ਕਰਨਾ ਪਊਗਾ, ਲੋਕ ਇਹਨਾਂ ਨੂੰ ਬੋਲਣ ਨਹੀਂ ਦੇਣਗੇ, ਜਾਣ ਨਹੀਂ ਦੇਣਗੇ, ਜਿਹੜੇ ਵੀ ਅਕਾਲੀ ਬਾਦਲਾਂ ਲੜ ਰਹੇ ਉਹਨਾਂ ਨੂੰ ਲੋਕ ਪਿੰਡਾਂ 'ਚ ਨਹੀਂ ਪੜਨ ਦੇਣਗੇ, ਇਹਨਾਂ ਦੀ ਸੁਰੱਖਿਆ ਇਹਨਾਂ ਨੂੰ ਬੁਲਟ ਕਾਰਾਂ ਹੋਰ ਦੇਣੀਆਂ ਪੈਣੀਆਂ ਨੇ। ਅਤੇ ਕਹਿੰਦਾ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਨਜ਼ਰਬੰਦ ਕਰ ਦਈਏ। ਸੋ ਹੁਣ ਮੌਕਾ ਮਿਲ ਗਿਆ ਲੋਕਾਂ ਨੂੰ, ਪਰ ਇੱਕ ਗੱਲ ਸਪਸ਼ਟ ਹੈ ਕਿ ਇਹ ਇਸ ਤਰ੍ਹਾਂ ਦੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸੀ, ਬਿਲਕੁਲ ਜੀ, ਖਾਸ ਤੌਰ 'ਤੇ ਬਾਦਲ ਪਰਿਵਾਰ, ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਉਸ ਤਰ੍ਹਾਂ ਦੀ ਸਥਿਤੀ ਪਹਿਲਾਂ ਕਦੇ ਨਹੀਂ ਸੀ। ਉਹਨਾਂ ਨੂੰ ਬੇਅਦਬੀ ਦੇ ਮਾਮਲੇ ਦੇ ਵਿੱਚ ਲੋਕਾਂ ਨੇ ਪੂਰੀ ਤਰੀਕੇ ਨਾਲ ਨਕਾਰ ਦਿੱਤਾ। ਇਹ ਗੱਲ ਇਸ ਕਰਕੇ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਉਹਨਾਂ ਦੇ ਆਪਦੀ ਪਾਰਟੀ ਦੇ ਬੰਦੇ ਵੀ ਉਹਨਾਂ ਨੂੰ ਛੱਡ ਰਹੇ ਨੇ। ਜੀ ਬਿਲਕੁਲ, ਪਹਿਲਾਂ ਆਪ ਜੀ ਗੱਲ ਕਰ ਰਹੇ ਸੀ ਕਿ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਲਗਾਤਾਰ ਵੱਧ ਰਹੀਆਂ ਨੇ। ਹੁਣ ਇਹਨਾਂ ਦੀ ਮੁਸ਼ਕਲਾਂ ਵਿੱਚ ਇੱਕ ਹੋਰ ਇਜਾਫਾ ਹੋਇਆ ਜੋ ਅਕਾਲੀ ਆਗੂ ਕੱਲ੍ਹ ਦਰਬਾਰ ਸਾਹਿਬ ਵਿਖੇ ਅਕਾਲ ਤਖ਼ਤ ਵਿਖੇ ਨਤਮਸਤਕ ਹੋਏ ਅਤੇ ਹੁਣ ਬਰਗਾੜੀ ਮੋਰਚੇ ਵੱਲ ਉਹਨਾਂ ਦਾ ਰੁਝਾਨ ਹੈ ਜੀ, ਉੱਧਰ ਜਾਣ ਦੀਆਂ ਤਿਆਰੀਆਂ। ਦੇਖੋ ਮਨਦੀਪ, ਅਕਾਲ ਤਖ਼ਤ 'ਤੇ ਮੱਥਾ ਟੇਕਣਾ ਤਾਂ ਕੋਈ ਐਸਾ ਨਹੀਂ, ਕੋਈ ਵੀ ਜਾ ਸਕਦਾ ਜੀ, ਲੇਕਿਨ ਜਿਹੜੇ ਬੰਦੇ ਗਏ ਜੀ ਜੀ ਉਹਨਾਂ ਦਾ ਜ਼ਿਕਰ ਕਰਨਾ ਬਣਦਾ। ਉਹ ਗਏ ਉਹ ਬੰਦੇ ਜਿਹੜੇ ਬਾਗੀ ਅਕਾਲੀ, ਜਿਹਨਾਂ ਨੂੰ ਅੱਜ ਕੱਲ੍ਹ ਕਹਿ ਰਹੇ ਨੇ ਟਕਸਾਲੀ ਅਤੇ ਬਾਗੀ ਅਕਾਲੀ ਜੀ, ਉਹ ਟਕਸਾਲੀ ਨੇ ਕਿਉਂਕਿ ਸੀਨੀਅਰ ਨੇ, ਮਤਲਬ ਬ੍ਰਹਮਪੁਰਾ ਸਾਹਿਬ ਸਭ ਤੋਂ ਜ਼ਿਆਦਾ ਸੀਨੀਅਰ ਨੇ ਜੀ, ਫਿਰ ਅਜਨਾਲਾ ਸਾਹਿਬ ਜੀ, ਫਿਰ ਸੇਖਵਾਂ ਸੇਵਾ ਸਿੰਘ ਸੇਖਵਾਂ, ਅਤੇ ਉਹ ਸਾਰੇ ਜਿਹੜੇ ਨੇ ਜੀ ਉਹਨਾਂ ਨੇ ਉਦੋਂ ਮੰਨ ਲਿਆ 7 ਦੀ ਰੈਲੀ ਤੋਂ ਪਹਿਲਾਂ ਜਿਹੜਾ ਫੋਨ ਗਿਆ ਬਾਦਲ ਸਾਹਿਬ ਦਾ, ਕੋਈ ਨਹੀਂ ਦੇਖਾਂਗੇ। ਮੈਂ ਪਹਿਲਾਂ ਵੀ ਕਿਹਾ ਕਿ ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਆਪਣੀ ਜਿਹੜੀ ਨਿੱਜੀ ਕੋਰ ਕਮੇਟੀ ਦੀ ਮੀਟਿੰਗ ਤਾਂ ਕਰ ਲਈ ਜੀ, ਜੋ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ ਅਤੇ ਹੋਰ ਬੁਲਾ ਲਏ ਜੀ, ਇਹਨਾਂ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਜਿਹੜੇ ਬੰਦੇ ਨੂੰ ਮਨਾਇਆ ਵੀ ਜੀ, ਜਿਹੜਾ ਅਵਤਾਰ ਸਿੰਘ ਮੱਕੜ, ਉਹਨੂੰ ਪਟਨਾ ਸਾਹਿਬ 'ਚੋਂ ਕੱਢ ਕੇ ਬਾਹਰ ਮਾਰ ਕੇ ਹਿੱਤ ਨੂੰ ਬਣਾ ਤਾ ਜੀ,
ਮੈਨੂੰ ਇਉਂ ਲੱਗਦਾ ਹੈ ਕਿ ਦੇਖੋ ਪੱਤਰਕਾਰ ਤਾਂ ਕੈਸ ਰਾਈਆਂ ਹੀ ਕਰਦੇ ਹੁੰਦੇ ਨੇ, ਕੈਲਕੂਲੇਟ ਹੀ ਕਰਦੇ ਹੁੰਦੇ ਨੇ। ਲੱਗ ਇਹ ਰਿਹਾ ਇਸ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸੁਰ ਕੁਛ ਹੋਰ ਹੈ ਬਾਗੀਆਂ ਦੇ ਮਾਮਲੇ 'ਚ, ਔਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਲੱਗਦਾ ਨਹੀਂ ਕਿ ਉਹਨਾਂ ਦੀ ਗੱਲ ਸੁਣ ਰਿਹਾ। ਜੇ ਸੁਣ ਰਹੇ ਹੁੰਦੇ ਤਾਂ ਹਾਲਾਤ ਇੱਥੇ ਤੱਕ ਪਹੁੰਚਣੇ ਨਹੀਂ ਸੀ। ਮੈਨੂੰ ਤਾਂ ਹੈਰਾਨੀ ਹੈ ਕਿ ਜਿਹੜੀ ਮਾਫੀਆ ਵਾਲਾ ਮਸਲਾ ਹੈ, ਕੀ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਨਾਲ ਮਾਫ਼ੀ ਦਿੱਤੀ ਗਈ? ਇਹ ਵੀ ਇੱਕ ਸਵਾਲ ਹੈ ਕਿ ਇਕੱਲੇ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਆਪਣੇ ਤੌਰ 'ਤੇ, ਕਿਉਂਕਿ ਕੋਈ ਵੀ ਸਿਆਣਾ ਲੀਡਰ ਪੰਜਾਬ ਦੇ ਵਿੱਚ ਇਹ ਨਹੀਂ ਕਹਿ ਸਕਦਾ ਸੀ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ ਕਰ ਦਿਉ ਅਤੇ ਜਦੋਂ ਫਿਰ ਸੰਗਤ ਦਾ ਗੁੱਸਾ ਫਿਰ ਮਾਫ਼ੀ ਵਾਪਸ ਲੈ ਲਓ। ਭਾਵੇਂ ਕਿ ਉਹਦੇ 'ਚ ਬਲੀ ਦਾ ਬੱਕਰਾ ਤਾਂ ਪਤਾ ਕਿਹਨੇ ਬਣਨਾ, ਉਹ ਸਭ ਨੂੰ ਪਤਾ, ਉਹ ਵੀ ਤਿਆਰ ਹੋਇਆ ਫਿਰਦਾ ਜਿਹਨੇ ਬਣਨਾ। ਸਾਡੇ ਲਈ ਤਾਂ ਉਹ ਸਤਿਕਾਰਯੋਗ ਕਰਕੇ ਜਗ੍ਹਾ ਐਡੀ ਹੈ, ਸਤਿਕਾਰਯੋਗ ਕਰਕੇ ਨਹੀਂ ਬੋਲਦੇ। ਲੋ ਹੁਣ ਜਿਹੜੇ ਇਹ ਬੰਦੇ ਸੀ ਇਹਨਾਂ ਨੇ ਉਡੀਕਦੇ ਰਹੇ, ਰੈਲੀ ਵੀ ਹੋ ਗਈ, 7 ਦਿਨ ਉੱਤੇ ਵੀ ਨਿਕਲ ਗਏ, ਕੋਈ ਮਨਾਉਣ ਨਹੀਂ ਗਿਆ ਅਤੇ ਫਿਰ ਉਹ ਕੱਲ੍ਹ ਇਕੱਠੇ ਹੋ ਕੇ ਚਲੇ ਗਏ ਉੱਥੇ, ਔਰ ਉਹਨਾਂ ਨੇ ਸਿੱਖਾਂ ਜਿਹੜਾ ਉਹਨਾਂ ਦਾ ਸਪੋਕਸਮੈਨ ਹੈ ਉਹਨੇ ਸਪੱਸ਼ਟ ਕਹਿਤਾ ਅਸੀਂ ਇਕੱਠੇ ਹਾਂ, ਇਕੱਠੇ ਫੈਸਲਾ ਲਵਾਂਗੇ। ਕੀ ਫੈਸਲਾ ਲੈਂਦੇ ਨੇ, ਬਰਗਾੜੀ ਵੱਲ ਨੂੰ ਜਾਂਦੇ ਨੇ, ਲੰਬੀ ਵੱਲ ਨੂੰ ਜਾਂਦੇ ਨੇ, ਇਹ ਵੀ ਹਾਲੇ ਫੈਸਲਾ ਲੈਣਾ। ਜਿਹੜੇ ਤੁਸੀਂ ਇਸ਼ਾਰਾ ਕੀਤਾ ਕਿ ਹੋ ਸਕਦਾ ਬਰਗਾੜੀ ਨੂੰ ਚਲੇ ਜਾਣ, ਵੈਸੇ ਮੈਂ ਤੁਹਾਨੂੰ ਦੱਸਦਾ ਜੇ ਕਿਤੇ ਬਰਗਾੜੀ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਇੱਕੋ ਲੀਡਰ ਹੁੰਦਾ ਨਾ, ਅਸਲ ਉੱਥੇ ਵੀ ਸੁਰਾਂ ਅਲੱਗ ਅਲੱਗ ਨੇ, ਉੱਥੇ ਵੀ ਸਿਮਰ ਸਿੰਘ ਜੀ ਮਾਨ ਬੈਠੇ ਨੇ, ਉੱਥੇ ਵੀ ਸੁਖਪਾਲ ਸਿੰਘ ਖਹਿਰਾ ਹੁਣ ਜਾਣ ਲੱਗ ਗਿਆ, ਉੱਥੇ ਵੀ ਮੰਡ ਸਾਹਿਬ ਅਤੇ ਦਾਦੂਵਾਲ ਨੇ। ਉਹ ਜਿਹੜਾ ਨਾ ਇੱਕ ਸ਼ਾਹ ਮੁਹੰਮਦ ਨੇ ਲਿਖਿਆ ਸੀ ਇੱਕ ਸਰਕਾਰ ਵਜੋਂ, ਇੱਥੇ ਤਾਂ ਸੱਚਮੁੱਚ ਇੱਕ ਸਰਕਾਰ ਕੋਈ ਚਾਹੀਦੀ ਹੈ, ਲੋਕਾਂ ਨੂੰ ਬਦਲ ਚਾਹੀਦਾ ਵੀ ਕਿਹਦੇ ਝੰਡੇ ਥੱਲੇ ਇਕੱਠੇ ਹੋਈਏ। ਲੇਕਿਨ ਹੋ ਸਕਦਾ ਬਰਗਾੜੀ ਨੂੰ ਤੁਰ ਪੈਣ, ਬਰਗਾੜੀ ਨੂੰ ਜਾਣ, ਲੰਬੀ ਵੱਲ ਨੂੰ ਜੇ ਜਾਣਾ ਹੀ ਹੁੰਦਾ ਤਾਂ ਫਿਰ ਉਹ ਇਹ ਕਹਿੰਦੇ ਕਿਉਂ? ਤੋ ਹਾਂ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਿੱਥੇ ਰੋਕਣਾ ਹੈ, ਕਿੱਥੇ ਉਹਨਾਂ ਦੀ ਸੇਵਾ ਪਾਣੀ ਪ੍ਰਸ਼ਾਦਾ ਰਸਤੇ 'ਚ ਰੋਕ ਕੇ ਵੱਡੇ ਬਾਦਲ ਸਾਹਿਬ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ, ਇਹ ਸਮਾਂ ਦੱਸੂਗਾ। ਹਾਲ ਦੀ ਘੜੀ ਸੱਚਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਕੋਈ ਜ਼ਿਆਦਾ ਠੀਕ ਨਹੀਂ, ਸੀਨੀਅਰ ਹੌਲੀ ਹੌਲੀ ਜਿਹੜਾ ਹੈ ਵਿਕਟਾਂ ਡਿੱਗ ਰਹੀਆਂ ਨੇ, ਚਾਹੇ ਉਹ ਜੀ ਕੇ, ਚਾਹੇ ਉਹ ਇਹ, ਚਾਹੇ ਸੁਖਦੇਵ ਸਿੰਘ ਢੀਂਡਸਾ, ਅੰਦਰੋਂ ਅੰਦਰ ਹੋਰ ਵੀ ਬੜੇ ਤਿਆਰ ਬੈਠੇ ਨੇ। ਇਹ ਹਾਲਾਤ ਕੋਈ ਜ਼ਿਆਦਾ ਸਾਜ਼ਗਾਰ ਨਹੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ। ਬਿਲਕੁਲ ਜੀ ਡਾਕਟਰ ਸਾਹਿਬ, ਹੁਣ ਜੇ ਅਧਿਆਪਕਾਂ ਦੀ ਗੱਲ ਕਰ ਲਈਏ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਆਪਣਾ ਮਰਨ ਵਰਤ ਉਹਨਾਂ ਦਾ ਲਗਾਤਾਰ ਜੋ ਜਾਰੀ ਹੈ, 4 ਅਧਿਆਪਕਾਂ ਦੀ ਕੱਲ੍ਹ ਤਬੀਅਤ ਵੀ ਵਿਗੜੀ, ਉਹਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਦੇਖੋ ਜੀ, ਬੜਾ ਦੁੱਖ ਹੈ, ਕੱਲ੍ਹ ਅਸੀਂ ਅਧਿਆਪਕਾਂ ਦੀ ਗੱਲ ਕੀਤੀ ਸੀ, ਇੱਕ ਪੀੜਤ ਅਧਿਆਪਕਾ ਨਵਨੀਤ ਕੌਰ ਸਾਡੇ ਪ੍ਰੋਗਰਾਮ 'ਚ ਆਏ ਸੀ, ਨਾਲ ਅਧਿਆਪਕਾਂ ਦਾ ਜਿਹੜਾ ਪ੍ਰਧਾਨ ਜੀ, ਔਰ ਅਸੀਂ ਜਿਹੜੀ ਗੱਲ ਦੇ 'ਚੋਂ ਕੱਢੀ ਤਾਂ ਲੱਗਦਾ ਇਹ ਹੈ ਕਿ ਇਹਨਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। 17 ਬੰਦੇ ਜਿਹੜੇ ਬੈਠੇ ਨੇ ਵਰਤ 'ਤੇ, ਉਹਨਾਂ 6-7 ਕੁੜੀਆਂ ਜਿਹੜੀਆਂ ਲੇਡੀ ਟੀਚਰ ਬੈਠੀਆਂ ਨੇ, ਨੈਚੁਰਲੀ ਉਹਨਾਂ ਨੇ ਬੱਚੇ ਪੈਦਾ ਕਰਨੇ ਹੁੰਦੇ, ਬੜਾ ਉਹ ਫਿਜ਼ੀਕਲੀ ਉਹ ਇੰਨੇ ਦਿਨ 10ਵਾਂ 11ਵਾਂ ਦਿਨ ਹੋ ਗਿਆ ਬਿਨਾਂ ਖਾਣ ਪੀਣ ਤੋਂ ਬੈਠਣਾ ਔਖਾ ਬਹੁਤ ਹੈ, ਅਤੇ ਉਹਨਾਂ ਦੀ ਹਾਲਤ ਵਿਗੜਨੀ, ਇਹੀ ਤਾਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਹਾਲਾਤ ਜ਼ਿਆਦਾ ਵਿਗੜ ਕੇ, ਫਿਰ ਵੀ ਤਾਂ ਸਰਕਾਰ ਸੋਚੂਗੀ। ਕੈਪਟਨ ਸਾਹਿਬ ਗੱਲ ਸੁਣਨ ਨੂੰ ਤਿਆਰ ਨਹੀਂ, ਸਰਕਾਰ ਝੂਠ ਬੋਲਦੀ ਹੈ, ਝੂਠ ਉਹਨੂੰ ਇੱਥੋਂ ਫੜਿਆ ਗਿਆ ਇਹਨਾਂ ਦਾ। ਜਿਹੜੇ ਓ ਪੀ ਸੋਨੀ ਇਹਨਾਂ ਦੇ ਸਿੱਖਿਆ ਮੰਤਰੀ ਹੈ, ਉਹ ਤਾਂ ਇਹ ਕਹਿ ਰਿਹਾ ਸੀ ਕਿ 94% ਇਹਨਾਂ ਦਾ ਜਿਹੜਾ ਸਿੱਖਿਆ ਸਕੱਤਰ ਹੈ ਕ੍ਰਿਸ਼ਨ ਕੁਮਾਰ ਨੇ ਲਿਸਟ ਜਾਰੀ ਕਰਤੀ ਕਿ 450 ਟੀਚਰ ਨੇ ਹੁਣ ਤੱਕ ਸਾਨੂੰ ਆਪਣੀ ਸਹਿਮਤੀ ਦਿੱਤੀ ਹੈ ਕਿ ਅਸੀਂ ਤਿਆਰ ਹਾਂ ਜਿਹੜੇ ਇਸ 15,000 ਤੇ ਕੰਮ ਕਰਨ ਲਈ, ਕਿਤੇ 94%, ਕਿਤੇ 450। ਹਾਲਾਂਕਿ ਜਿਹੜੇ ਉਹਨਾਂ ਦੇ ਲੀਡਰ ਨੇ ਸਾਂਝਾ ਮੋਰਚਾ ਦੇ ਅਧਿਆਪਕ ਦੇ, ਉਹ ਇਹ ਕਹਿੰਦੇ ਨੇ ਕਿਸੇ ਬੰਦੇ ਨੇ ਇਹਨੇ ਸਹਿਮਤੀ ਦਿੱਤੀ। ਹਰ ਥਾਂ ਜਿਹੜੇ ਨੇ, ਹਰ ਦਾਲ 'ਚ ਟੋਟਰ ਹੁੰਦੇ ਨੇ, ਇਹ ਤਾਂ ਨਹੀਂ ਗੱਲ ਕਿਹਾ ਜਾ ਸਕਦਾ ਵੀ ਕੋਈ ਨਹੀਂ ਤਿਆਰ। ਡਰ ਹੈ, ਨੌਕਰੀ ਹੈ, ਸੁਰੱਖਿਆ, ਉਹ ਬਹੁਤ ਕੁਛ ਉਹਦੇ 'ਚ ਪਿਆ ਹੁੰਦਾ। ਲੇਕਿਨ ਓਵਰਆਲ ਜਦੋਂ ਅਸੀਂ ਇਹਦਾ ਅਨੈਲਿਸਿਸ ਕਰਦੇ ਹਾਂ, ਅਸੀਂ ਫਿਰ ਕਹਿੰਦੇ ਹਾਂ ਕਿ ਇਹ ਅਨੈਤਿਕ ਕੰਮ ਹੈ। ਲੋਕਾਂ ਦਾ ਸਹਿਯੋਗ, ਲੋਕਾਂ ਦੀ ਸਹਿਮਤੀ, ਲੋਕਾਂ ਦੀ ਹਮਦਰਦੀ ਲਗਾਤਾਰ ਅਧਿਆਪਕਾਂ ਨਾਲ ਵੱਧ ਰਹੀ ਹੈ, ਅਤੇ ਸਰਕਾਰ ਨੂੰ ਚਾਹੀਦਾ ਜਲਦੀ ਇਹਦਾ ਫੈਸਲਾ ਕਰੇ। ਜੀ ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਢੇ ਨਾਲੇ ਦੀ ਸਫਾਈ ਦੇ ਲਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਨਾਮਧਾਰੀ ਮੁਖੀ ਉਦੇ ਸਿੰਘ ਬਾਬਾ ਜੀ ਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ। ਦੇਖੋ, ਗਏ ਤਾਂ ਉਹ ਮਿਲਣ ਸੀ ਵਫ਼ਦ ਲੈ ਕੇ
ਕਿ ਬੁੱਢਾ ਨਾਲਾ ਦੇਖੋ ਜੀ ਲੁਧਿਆਣੇ ਦੇ ਵਿੱਚ ਬੁੱਢਾ ਨਾਲਾ ਸੱਚਮੁੱਚ ਹੁਣ ਉਹਦੇ 'ਚ ਉਹ ਕਿਸੇ ਟਾਈਮ ਦਰਿਆ ਹੁੰਦਾ ਬਿਲਕੁਲ ਬਿਲਕੁਲ ਅਤੇ ਹੁਣ ਉਹ ਕਾਲਾ ਨਾਲਾ ਹੋ ਗਿਆ ਬਿਲਕੁਲ ਤਾਂ ਉਹਦੇ ਲਈ ਗਏ ਕੈਪਟਨ ਸਾਹਿਬ ਕਹਿੰਦੇ ਆਪਾਂ ਇੱਕ ਟਾਸਕ ਫੋਰਸ ਬਣਾ ਦਿੰਦੇ ਹਾਂ ਤੁਸੀਂ ਉਹਦੀ ਅਗਵਾਈ ਕਰੋ ਅਤੇ ਠਾਕੁਰ ਉਦੇ ਸਿੰਘ ਮੰਨ ਗਏ ਨੇ ਅਗਵਾਈ ਕਰਨਗੇ 2 ਮਹੀਨੇ 'ਚ ਰਿਪੋਰਟ ਦੇਣੀ ਹੈ ਇਹ ਜਿਹੜੀਆਂ SIT ਔਰ ਟਾਸਕ ਫੋਰਸ ਜਿਹੜੀਆਂ ਬਣਦੀਆਂ ਨੇ ਕਮੇਟੀਆਂ ਬਣਦੀਆਂ ਨੇ ਇਹ ਜੇ ਤਾਂ ਕਮੇਟੀਆਂ ਲਿੰਗਰਾਉਂਡ ਕਰਨ ਲਈ ਬਣਦੀਆਂ ਨੇ ਫਿਰ ਤਾਂ ਇਹਦਾ ਕੋਈ ਫਾਇਦਾ ਨਹੀਂ ਆਪਾਂ ਦੇਖਿਆ ਹੀ ਹੈ ਜੇ ਸੱਚਮੁੱਚ ਹੀ ਦਿਲੋਂ ਇਹ ਕੰਮ ਕੀਤਾ ਤਾਂ ਬੜਾ ਫਾਇਦਾ ਹੋਏਗਾ ਜਿੰਨੀ ਜਲਦੀ ਹੋ ਸਕੇ ਬੁੱਢੇ ਨਾਲੇ ਦੀ ਸਫਾਈ ਹੋਣੀ ਚਾਹੀਦੀ ਹੈ ਜੀ ਡਾਕਟਰ ਸਾਹਿਬ ਬੁਲਟ ਜਿਹੜਾ ਪਟਾਕੇ ਪਾਉਣ ਨੂੰ ਰੱਖਿਆ ਜਿਹੜਾ ਇਹ ਗੀਤ ਹੈ ਉਸ 'ਤੇ ਨੱਚਣਾ ਹੁਣ ਮਹਿੰਗਾ ਪਏਗਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜੋ ਨੋਟਿਸ ਲਿਆ ਹੈ ਉਹ ਜੀ ਉਹ ਕੀ ਹੈ ਕਿ ਪਤਾ ਨਹੀਂ ਥਾਰ ਰੱਖੀ ਹੈ ਜੀ ਆਉਣ ਜਾਣ ਨੂੰ ਜੀ ਕਿਸੇ ਕੁੜੀ ਦਾ ਗਾਇਆ ਗਾਣਾ ਅਤੇ ਸੁਨੰਦਾ ਦਾ ਸ਼ਾਇਦ ਬਹੁਤ ਚੱਲਿਆ ਲੇਕਿਨ ਜਿਹੜੇ ਪੰਡਿਤ ਰਾਓ ਨੇ ਉਹ ਇਹੋ ਜਿਹੇ ਗਾਣਿਆਂ ਦੇ ਖਿਲਾਫ ਨੇ ਸ਼ਿਕਾਇਤ ਕਰਤੀ ਸੋਸ਼ਲ ਮੀਡੀਆ 'ਤੇ ਗਾਣਾ ਚੱਲ ਰਿਹਾ ਸੀ ਜੀ ਔਰ ਸਿੱਖਿਆ ਬੋਰਡ ਦੇ ਵਿੱਚ ਸਿੱਖਿਆ ਮੁਲਾਜ਼ਮ ਸਣੇ ਔਰਤਾਂ ਪਟਾਕੇ ਪਾ ਰਹੇ ਨੇ ਡਾਂਸ ਕਰ ਰਹੇ ਨੇ ਉਹ ਵੀਡੀਓ ਜਿਹੜੀ ਸੋਸ਼ਲ ਮੀਡੀਆ 'ਤੇ ਚਲੀ ਗਈ ਜੀ ਸੋਸ਼ਲ ਮੀਡੀਆ 'ਤੇ ਜਾਣ ਨਾਲ ਰੌਲਾ ਪੈਣੀ ਸੀ ਜੀ ਬਿਲਕੁਲ ਕ੍ਰਿਸ਼ਨ ਕੁਮਾਰ ਨੂੰ ਸਵਾਲ ਉੱਠੇ ਵੀ ਕੀ ਹੋ ਰਿਹਾ ਤੁਹਾਡੇ ਇੱਥੇ ਜੀ ਹੁਣ ਉਹਨੇ ਲਿਖਿਆ ਚੇਅਰਮੈਨ ਨੂੰ ਵੀ ਲਿਖਿਆ ਵੀ ਜਿਹੜੇ ਬੰਦੇ 'ਤੇ ਠੁਮਕੇ ਲਾ ਰਹੇ ਸੀ ਜਿਹੜੇ ਪਟਾਕੇ ਪਾ ਰਹੇ ਸੀ ਉਹਨਾਂ ਦੇ ਪਟਾਕੇ ਪਾਓ ਅਤੇ ਹੁਣ ਹੋ ਸਕਦਾ ਜਦੋਂ ਇਨਕੁਆਇਰੀ ਹੋਈ ਤਾਂ ਉਹਨਾਂ ਦੇ ਪਟਾਕੇ ਪੈ ਜਾਣ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਉਹਨਾਂ ਗਾਣਿਆਂ ਨੂੰ ਨਾ ਪ੍ਰਮੋਟ ਕਰੋ ਜਿਹੜੇ ਸੁਸਾਇਟੀ ਨੂੰ ਗਲਤ ਪਾਸੇ ਲੈ ਕੇ ਜਾਂਦੇ ਨੇ ਅੱਜ ਕੱਲ੍ਹ ਗਾਣੇ ਲਗਾਤਾਰ ਜਿਹੜੀ ਨੌਜਵਾਨ ਪੀੜ੍ਹੀ ਨੂੰ ਜੇ ਅਸੀਂ ਉਹਦਾ ਬਦਲ ਦੇਵਾਂਗੇ ਤਾਂ ਉਹ ਮਤਲਬ ਇੱਧਰ ਨਹੀਂ ਜਾਊ ਨਹੀਂ ਤਾਂ ਪ੍ਰਮੋਟ ਹੁੰਦੇ ਨੇ ਗਾਣੇ ਮੈਂ ਤੁਹਾਨੂੰ ਦੱਸਿਆ ਕਿ ਪ੍ਰਮੋਸ਼ਨ ਦੇ ਗਾਣੇ ਦਾ ਅਸਰ ਇਮੀਡੀਏਟ ਦੇਖਿਆ ਮੈਂ ਇੱਕ ਵਿਆਹ 'ਚ ਜਦੋਂ ਪਟਾਕੇ ਪਾਉਣ ਵਾਲਾ ਆਇਆ ਉਹਦੀ ਜਿਹੜੇ ਜਿਹੜੇ ਟੇਬਲ 'ਤੇ ਜਿਹਦੇ ਕੋਲੋਂ ਹਥਿਆਰ ਸੀ ਉਹਨਾਂ ਨੇ ਪਟਾਕੇ ਪਾਉਣੇ ਸ਼ੁਰੂ ਕਰਤੇ ਇਹ ਗਾਣੇ ਜਿਹੜੇ ਨੇ ਇਹ ਬਹੁਤ ਅਸਰ ਪਾਉਂਦੇ ਨੇ ਨੌਜਵਾਨ ਪੀੜ੍ਹੀ 'ਤੇ ਲਿਖਣ ਵਾਲੇ ਚੰਗੇ ਲਿਖਣ ਗਾਉਣ ਵਾਲੇ ਚੰਗੇ ਗਾਉਣ ਔਰ ਸੁਣਨ ਵਾਲੇ ਵੀ ਜੀ ਉਹ ਵੀ ਚੰਗੇ ਗਾਣੇ ਸੁਣਨ ਉਹਨਾਂ ਨੇ ਲਿਸਟ ਦੇ ਦੇਣ ਜਿਹੜੇ DJ ਵਾਲੇ ਨੂੰ ਵੀ ਅਸੀਂ ਇਹੋ ਜਿਹੇ ਗਾਣੇ ਸੁਣਨੇ ਨੇ ਜੇ ਤੁਸੀਂ ਵੀ ਉਹਨੇ ਜ਼ਿੰਮੇਵਾਰ ਹੋ ਜਿਹੜੇ ਉਹ 'ਤੇ ਨੱਚਦੇ ਹੋ ਜੀ ਜਦੋਂ ਭੈਣ ਭਰਾ ਡਾਂਸ ਕਰ ਰਹੇ ਨੇ ਪਰਿਵਾਰ ਡਾਂਸ ਕਰ ਰਿਹਾ ਆਦਮੀ ਧੀ ਵੀ ਡਾਂਸ ਕਰ ਰਹੇ ਨੇ ਅਤੇ ਬਿੰਦ ਰੱਖੀਏ ਦਾ ਗਾਣਾ ਚੱਲਦਾ ਤੂੰ ਨਹੀਂ ਬੋਲਦੀ ਤੇਰੇ 'ਚੋਂ ਤੇਰਾ ਯਾਰ ਬੋਲਦਾ ਇੱਕ ਦੂਜੇ ਵੱਲ ਹੱਥ ਕਰਦੇ ਨੇ ਸੁਣ ਲਿਆ ਕਰੋ ਵੀ ਇਹਦਾ ਮਤਲਬ ਕੀ ਹੈ ਤਾਂ ਇਹ ਸਾਰਾ ਕੁਛ ਇੱਥੇ ਇਸ ਗਾਣੇ ਤੋਂ ਬਾਅਦ ਜਿਹੜਾ ਦੇਖਣ ਨੂੰ ਮਿਲਿਆ ਜੇ ਸਜ਼ਾ ਮਿਲੇ ਤਾਂ ਚੰਗੀ ਗੱਲ ਜੀ ਡਾਕਟਰ ਸਾਹਿਬ ਜੋਗੀ ਸਰਕਾਰ ਨੇ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖ ਦਿੱਤਾ ਜੀ ਦੇਖੋ ਜੀ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਬੜਾ ਸ਼ੌਕ ਹੈ ਇਹਨਾਂ ਨੂੰ ਨਾਮ ਬਦਲਣ ਦਾ ਜੀ ਹਾਂ ਲੱਭੀ ਜਾਂਦੇ ਨੇ ਮਹਾਂਭਾਰਤ ਤੋਂ ਲੈ ਕੇ ਜੋ ਕੋਈ ਇਹਨਾਂ ਨੂੰ ਲੱਗਦਾ ਕਿ ਹਿੰਦੂਤਵ ਦੀ ਗੱਲ ਕਰਦਾ ਜੀ ਅਤੇ ਉਹ ਇਹ ਕਰ ਲੈਂਦੇ ਨੇ ਜੀ ਅਤੇ ਇਹਨਾਂ ਦਾ ਜਿਹੜਾ ਨਾ ਜੇ ਜ਼ੋਰ ਚੱਲੇ ਜੀ ਤਾਂ ਇਹ ਸਭ ਨੂੰ ਹੁਕਮ ਕਰ ਦੇਣ ਵੀ ਆਧਾਰ ਕਾਰਡ 'ਤੇ ਜਿਹੜਾ ਵੀ ਬੰਦਾ ਹੈ ਤਾਂ ਉਹਨੂੰ ਜਾਂ ਤਾਂ ਉਹ ਦੇਵੀ ਬਣਾ ਦਿਉ ਜਾਂ ਉਹਨੂੰ ਰਾਮ ਬਣਾ ਦਿਉ ਤੁਹਾਨੂੰ ਬਹੁਤ ਵਧੀਆ ਇਲਾਹਾਬਾਦ ਚੱਲ ਰਿਹਾ ਸੀ ਹੁਣ ਇਹਨਾਂ ਪ੍ਰਯਾਗਬਾਦ ਪ੍ਰਯਾਗਰਾਜ ਇਹਦਾ ਨਾਮ ਰੱਖ ਪਹਿਲਾਂ ਵੀ ਬੜੇ ਨਾਂ ਰੱਖੇ ਨੇ ਦਿੱਲੀ ਦੀਆਂ ਜਿੰਨੀਆਂ ਵੀ ਸੜਕਾਂ ਨੇ ਹੋਰ ਤਾਂ ਹੋਰ ਮੁਸਲਮਾਨਾਂ ਦੇ ਨਾਮ ਤਾਂ ਬਦਲਣੇ ਹੀ ਸੀ ਜਿਹਨੂੰ ਇਹ ਕਹਿੰਦੇ ਨੇ ਸਾਡੇ ਵੱਡੇ ਭਰਾ ਨੇ ਸਾਡੇ ਲਈ ਸਾਡਾ ਉਹ ਹੈ ਉਹਦਾ ਨਾਂ ਬਦਲ ਕੇ ਜਿਹੜਾ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਣ ਫਿਰਦੇ ਸੀ ਉਹ ਤਾਂ ਸਿੱਖਾਂ ਦਾ ਵਿਰੋਧ ਕੀਤਾ ਤਾਂ ਕਰਕੇ ਉਹ ਜਿਹੜਾ ਰੁਕ ਗਿਆ ਇਹ ਗੱਲ ਕੋਈ ਚੰਗੀ ਨਹੀਂ ਬਦਲਣ ਨਾਲ ਲੋਕਾਂ ਦੇ ਮਨਾਂ 'ਚ ਨਹੀਂ ਬਦਲ ਸਕਦੇ ਅਸੀਂ ਪੰਜਾਬ 'ਚ ਦੇਖਿਆ ਅਸੀਂ ਸਭ ਤੋਂ ਜ਼ਿਆਦਾ ਇੱਜ਼ਤ ਕਰਦੇ ਹਾਂ ਸਾਹਿਬਜ਼ਾਦਿਆਂ ਦੀ ਲੇਕਿਨ ਅਸੀਂ ਕਿੰਨਾ ਕਹਿੰਦੇ ਮੋਹਾਲੀ ਕਹਿੰਦੇ ਹਾਂ ਹਾਲੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੇਪਰਾਂ 'ਚ ਹੀ ਹੈ ਰੂਪਨਗਰ ਪੇਪਰਾਂ 'ਚ ਹੈ ਰੋਪੜੀ ਚੱਲਦਾ ਸੋ ਇਸ ਕਰਕੇ ਲੋਕ ਮਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਬਿਲਕੁਲ ਡਾਕਟਰ ਸਾਹਿਬ ਭਵਾਨੀਗੜ੍ਹ ਦੇ ਨੇੜੇ ਇੱਕ ਰੇਤੇ ਦੀ ਟਰਾਲੀ ਨੇ 2 ਮਾਸੂਮ ਬੱਚੀਆਂ ਦੀ ਜਾਨ ਲੈ ਲਈ ਜੀ ਦੇਖੋ ਜੀ ਮੈਂ ਕੈਨੇਡਾ ਦੇ ਵਿੱਚ ਦੇਖਿਆ ਜੀ ਕਿ ਜਦੋਂ ਸਕੂਲ ਆਉਂਦਾ ਨਾ ਉੱਥੇ ਇੱਕ ਸਪੀਡ ਲਿਮਿਟ ਬੰਨ੍ਹੀ ਜਾਂਦੀ ਬਿਲਕੁਲ ਸਕੂਲ ਟਾਈਮ 'ਤੇ ਕਿਵੇਂ ਕਾਰਾਂ ਨੇ ਚੱਲਣਾ ਕਿਵੇਂ ਬੱਚਿਆਂ ਨੂੰ ਤੁਸੀਂ ਸਕੂਲ 'ਤੇ ਉਹ ਕਰਨਾ ਬਹੁਤ ਜ਼ਿਆਦਾ ਉਹ ਸੀਰੀਅਸ ਗੰਭੀਰਤਾ ਨਾਲ ਲੈਂਦੇ ਨੇ ਸਾਡੇ ਤਾਂ ਜੇ ਸਕੂਲ ਦੇ ਬੱਚੇ ਜਦੋਂ ਨਿਕਲਦੇ ਤਾਂ ਹੋਰ ਸਪੀਡ ਨਾਲ ਨਿਕਲਦੇ ਨੇ ਕੱਲ੍ਹ ਜੋ ਭਵਾਨੀਗੜ੍ਹ 'ਚ ਹੋਇਆ ਦੋਨੇ ਭੈਣਾਂ ਸਕੂਲੋਂ ਆ ਰਹੀਆਂ ਨੇ ਸਾਈਕਲ 'ਤੇ ਇੰਨੀ ਤੇਜ਼ੀ ਨਾਲ ਟਰਾਲੀ ਰੇਚੇ ਦੀ ਆਈ ਅਤੇ ਉਹਨਾਂ ਨੂੰ ਵਿਚਾਰੀਆਂ ਮੌਕੇ 'ਤੇ ਉਹਨਾਂ ਦੀ ਮੌਤ ਹੋ ਗਈ
ਤੇ ਇਹ ਇਹ ਜਿਹੜੀ ਖਬਰ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਖਬਰ ਸੁਣਾਉਣ ਲਈ ਦੱਸਿਆ, ਮੈਂ ਇਸ ਕਰਕੇ ਦੱਸ ਰਿਹਾ ਕਿ ਅਸੀਂ ਸਕੂਲਾਂ ਕਾਲਜਾਂ ਦੇ ਖਾਸ ਤੌਰ 'ਤੇ ਸਕੂਲਾਂ ਦੇ ਨੇੜੇ ਜਦੋਂ ਟ੍ਰੈਫਿਕ ਹੈ ਉਸ ਵੇਲੇ, ਦੂਜਾ ਅਸੀਂ ਕੰਮ ਮੈਂ ਜਿਹੜੇ ਰਿਟਾਇਰਡ ਬੰਦਿਆਂ ਨੂੰ ਬਹੁਤ ਵਾਰ ਸਲਾਹ ਦਿੱਤੀ ਹੈ ਕਿ ਉਸ ਵੇਲੇ ਤੁਸੀਂ ਜਦੋਂ ਛੁੱਟੀ ਹੁੰਦੀ ਹੈ ਤੁਸੀਂ ਤਾਂ ਵਿਹਲੇ ਹੋ, ਤੁਸੀਂ ਉੱਥੇ ਬੈਠੋ ਜਾ ਕੇ ਸਕੂਲਾਂ ਦੇ ਸਾਹਮਣੇ, ਛੋਟੇ ਬੱਚਿਆਂ ਨੂੰ ਸੜਕ ਪਾਰ ਕਰਾਓ, ਛੋਟੇ ਬੱਚਿਆਂ ਨੂੰ ਬੱਸ ਚੜਾਓ ਤਾਂ ਕਿ ਇਸ ਕਿਸਮ ਦੀ ਕੋਈ ਘਟਨਾ ਨਾ ਵਾਪਰੇ। ਔਰ ਸਰਕਾਰ ਨੂੰ ਚਾਹੀਦਾ, ਡਿਪਾਰਟਮੈਂਟ ਨੂੰ, ਪੁਲਿਸ ਡਿਪਾਰਟਮੈਂਟ ਨੂੰ, ETO ਨੂੰ ਚਾਹੀਦਾ ਕਿ ਇਸ 'ਤੇ ਖਾਸ ਤੌਰ 'ਤੇ ਡਰਾਈਵਰ ਦਾ ਲਾਇਸੈਂਸ ਤੋਂ ਪਹਿਲਾਂ ਇਸ ਕਿਸਮ ਦੀਆਂ ਗੱਲਾਂ ਦੀ ਜ਼ਰੂਰ ਸਿੱਖਿਆ ਦੇਣੀ ਚਾਹੀਦੀ ਹੈ। ਬਿਲਕੁਲ ਜੀ, ਡਾਕਟਰ ਸਾਹਿਬ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ, ਸਾਰੀ ਟੈਕਨੀਕਲ ਟੀਮ ਦਾ, ਹੁਣ ਸਾਨੂੰ ਦਿਆ ਗਿਆ, ਸਤਿ ਸ਼੍ਰੀ ਅਕਾਲ।